स्टार्ट। ਪੰਜਾਬ ਰਾਜ ਦਾ ਪਸ਼ੂ ਪਾਲਣ ਵਿਭਾਗ ਹੋਰ ਮਹਿਕਮਿਆਂ ਵਾਂਗ ਡਾਇਰੈਕਟਰ ਅਰਥਾਤ ਨਿਰਦੇਸ਼ਕ ਦੀ ਅਗਵਾਈ ਅਧੀਨ ਚੱਲ ਰਿਹਾ ਹੈ ਡੰਡੀ। ਅਸਲ ਵਿੱਚ ਇਸ ਵਿਭਾਗ ਵੱਲੋਂ ਪਸ਼ੂ ਉਤਪਾਦਨ, ਮੁਰਗੀ ਉਤਪਾਦਨ ਅਤੇ ਮੰਡੀਕਰਨ ਦਾ ਕੰਮ ਨਿਭਾਇਆ ਜਾ ਰਿਹਾ ਹੈ ਡੰਡੀ। ਪਸ਼ੂਆਂ ਵਿੱਚੋਂ ਮੱਝਾਂ, ਗਾਵਾਂ, ਭੇਡਾਂ ਅਤੇ ਸੂਰਾਂ ਦੀਆਂ ਚੰਗੀਆਂ ਤੋਂ ਚੰਗੀਆਂ ਨਸਲਾਂ ਦਾ ਉਤਪਾਦਨ ਕੀਤਾ ਜਾਂਦਾ ਹੈ ਡੰਡੀ। ਰਾਜਧਾਨੀ ਵਿਖੇ ਨਿਰਦੇਸ਼ਕ ਦੀ ਸਹਾਇਤਾ ਲਈ ਤਕਨੀਕੀ ਜਾਣਕਾਰੀ ਰੱਖਣ ਵਾਲੇ ਮਾਹਿਰ ਅਤੇ ਕਾਫੀ ਹੋਰ ਅਫਸਰ ਨਿਯੁਕਤ ਕੀਤੇ ਗਏ ਹਨ, ਜਿਵੇਂ ਸੰਯੁਕਤ ਨਿਰਦੇਸ਼ਕ ਅਤੇ ਪਲਾਨਿੰਗ ਅਫਸਰ ਆਦਿ ਡੰਡੀ। ਪਸ਼ੂ ਪਾਲਣ ਸੰਬੰਧੀ ਜ਼ਿਲ੍ਹਾ ਪੱਧਰ 'ਤੇ ਸਰਕਾਰੀ ਦਫ਼ਤਰ ਸਥਾਪਿਤ ਕੀਤੇ ਗਏ ਹਨ, ਜੋ ਹੈੱਡ ਆਫਿਸ ਚੰਡੀਗੜ੍ਹ ਦੇ ਮਾਤਹਿਤ ਕੰਮ ਕਰਦੇ ਹਨ ਡੰਡੀ। ਜ਼ਿਲ੍ਹਾ ਪੱਧਰ ਦੇ ਦਫ਼ਤਰਾਂ ਦਾ ਕਾਰਜਭਾਰ ਸੰਭਾਲਣ ਵਾਸਤੇ ਕੁਝ ਅਸਾਮੀਆਂ ਦੇ ਨਾਮ ਇਹ ਹਨ, ਉਪ ਨਿਰਦੇਸ਼ਕ, ਉਪ ਦਰਜਾਬੰਦੀ ਅਤੇ ਮੰਡੀਕਰਨ, ਉਪ ਨਿਰਦੇਸ਼ਕ, ਚਾਰਾ ਵਿਕਾਸ ਮੈਨੇਜਰ, ਮੱਝਾਂ ਨਸਲਕਸ਼ੀ ਫਾਰਮ ਅਤੇ ਮੈਨੇਜਰ, ਸੂਰ ਨਸਲਕਸ਼ੀ ਫਾਰਮ ਡੰਡੀ। ਕੁਝ ਵਿਸ਼ੇਸ਼ ਸਕੀਮਾਂ ਨੂੰ ਸਿਰੇ ਚੜ੍ਹਾਉਣ ਲਈ ਪ੍ਰੋਜੈਕਟ ਅਫਸਰ ਨਿਯੁਕਤ ਕੀਤੇ ਜਾਂਦੇ ਹਨ ਡੰਡੀ। ਅਧੀਨ ਦਫ਼ਤਰਾਂ ਵਿੱਚ ਜੋ ਤਕਨੀਕੀ ਅਮਲਾ ਕੰਮ ਕਰਦਾ ਹੈ ਉਹਨਾਂ ਵਿੱਚੋਂ ਸਟਾਕ ਸਹਾਇਕ, ਪੋਲਟਰੀ ਸਹਾਇਕ ਅਤੇ ਪਸ਼ੂ ਚਿਕਿਤਸਾ ਸਹਾਇਕ ਸਰਜਣ ਉੱਘੀਆਂ ਅਸਾਮੀਆਂ ਹਨ ਡੰਡੀ। ਪਸ਼ੂ ਉਤਪਾਦਨ ਫਾਰਮਾਂ ਵਿੱਚ ਆਮ ਕਰਕੇ ਜਰਸੀ ਅਤੇ ਹਾਲਸਟੀਨ ਨਸਲ ਦੀਆਂ ਗਊਆਂ ਦਾ ਉਤਪਾਦਨ ਕੀਤਾ ਜਾਂਦਾ ਹੈ ਡੰਡੀ। ਇਸੇ ਤਰ੍ਹਾਂ ਵਧੀਆ ਕਿਸਮ ਦੀਆਂ ਮੱਝਾਂ, ਭੇਡਾਂ ਅਤੇ ਸੂਰਾਂ ਦੀਆਂ ਨਸਲਾਂ ਪਾਲੀਆਂ ਜਾਂਦੀਆਂ ਹਨ ਡੰਡੀ। ਹਰ ਇੱਕ ਫਾਰਮ ਇੱਕ ਇੱਕ ਮੈਨੇਜਰ ਦੇ ਸਪੁਰਦ ਹੈ ਡੰਡੀ। ਮੁਰਗੀ ਉਤਪਾਦਨ ਫਾਰਮਾਂ ਵਿੱਚ ਇਨਕਿਊਬੇਟਰ ਦੁਆਰਾ ਹਜ਼ਾਰਾਂ ਦੀ ਗਿਣਤੀ ਵਿੱਚ ਚੂਚੇ ਕੱਢੇ ਜਾਂਦੇ ਹਨ ਡੰਡੀ। ਇਨਕਿਊਬੇਟਰ ਇੱਕ ਐਸਾ ਯੰਤਰ ਹੈ ਜਿਸ ਵਿੱਚ ਇੱਕੋ ਵਾਰ ਇਕੱਠੇ ਸੈਂਕੜੇ ਆਂਡੇ ਰੱਖ ਦਿੱਤੇ ਜਾਂਦੇ ਹਨ ਅਤੇ ਨਿਯਤ ਸਮੇਂ ਤੱਕ ਇਹਨਾਂ ਨੂੰ ਨਿਰੰਤਰ ਗਰਮੀ ਪਹੁੰਚਾਈ ਜਾਂਦੀ ਹੈ, ਜਿਸ ਦੇ ਫਲਸਰੂਪ ਬੱਚੇ ਨਿਕਲ ਆਉਂਦੇ ਹਨ ਡੰਡੀ। ਪੋਲਟਰੀ ਮਾਹਿਰ ਇੱਕ ਦਿਨ ਦੇ ਚੂਚੇ ਦੀ ਪਰਖ ਕਰਕੇ ਦੱਸ ਦਿੰਦੇ ਹਨ ਕਿ ਉਹ ਨਰ ਹੈ ਜਾਂ ਮਾਦਾ ਡੰਡੀ। ਚੂਚਿਆਂ ਦੇ ਮੰਡੀਕਰਨ ਸਮੇਂ ਇਸ ਪਰਖ ਦਾ ਕਾਫੀ ਲਾਭ ਹੁੰਦਾ ਹੈ ਡੰਡੀ। ਸਟਾਕ ਸਹਾਇਕ ਅਤੇ ਪੋਲਟਰੀ ਸਹਾਇਕ ਕਰਮਚਾਰੀ ਖੇਤਰੀ ਅਮਲੇ ਦੇ ਰੂਪ ਵਿੱਚ ਕੰਮ ਕਰਦੇ ਹਨ ਡੰਡੀ। ਉਹ ਸੰਬੰਧਿਤ ਖੇਤਰ ਵਿੱਚ ਸਰਕਾਰੀ ਫਾਰਮਾਂ ਦੀ ਦੇਖਭਾਲ ਹੀ ਨਹੀਂ ਕਰਦੇ, ਸਗੋਂ ਪ੍ਰਾਈਵੇਟ ਮੁਰਗੀ ਫਾਰਮਾਂ ਨੂੰ ਵੀ ਲੋੜੀਂਦੀ ਸੇਵਾ ਮੁਫਤ ਅਰਪਣ ਕਰਦੇ ਹਨ, ਜਿਵੇਂ ਟੀਕੇ ਲਗਾਉਣਾ, ਬਿਮਾਰੀ ਦੀ ਰੋਕਥਾਮ ਲਈ ਸਲਾਹ ਮਸ਼ਵਰਾ ਦੇਣਾ ਆਦਿ ਡੰਡੀ। ਪਸ਼ੂਆਂ ਅਤੇ ਜਾਨਵਰਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵਿਭਾਗ ਵੱਲੋਂ ਚਿਕਿਤਸਾ ਸਹਾਇਕ ਸਰਜਣ ਅਰਥਾਤ ਪਸ਼ੂਆਂ ਦੇ ਡਾਕਟਰ ਨਿਯੁਕਤ ਕੀਤੇ ਗਏ ਹਨ ਡੰਡੀ। ਕੁਝ ਵੱਡੇ ਵੱਡੇ ਜ਼ਿਮੀਂਦਾਰਾਂ ਨੂੰ ਛੱਡ ਕੇ ਬਾਕੀ ਕਿਸਾਨੀ ਵਰਗ ਆਰਥਿਕ ਕਮਜ਼ੋਰੀ ਦਾ ਸ਼ਿਕਾਰ ਹਨ ਡੰਡੀ। ਇਸ ਲਈ ਆਰਥਿਕ ਪੱਖ ਤੋਂ ਸੁਰੱਖਿਅਤ ਹੋਣ ਲਈ ਹਰ ਜ਼ਿਮੀਂਦਾਰ ਲਈ ਇਹ ਅਤ ਜ਼ਰੂਰੀ ਹੈ ਕਿ ਉਹ ਖੇਤੀਬਾੜੀ ਦੇ ਨਾਲ ਨਾਲ ਡੇਅਰੀ ਫਾਰਮ, ਮੁਰਗੀ ਫਾਰਮ ਜਾਂ ਆਟਾ ਚੱਕੀ ਆਦਿ ਦੇ ਕੰਮ ਚਾਲੂ ਕਰਨ ਡੰਡੀ।